जेडे राजा साहब नूं मन्नण वाले करी ताड़ी जरूर मान दिओ। एक जिंदगी की सच्चाई है, कहिंदे वक्त बड़ा बलवान हुंदा जी, वक्त किसी ते चंगा भी आउंदा ते किसी ते माड़ा भी। जदों वक्त चंगा होवे फिर यार दोस्त सज्जण मित्र सारे नाल खड़दे आ। चनी भाई दे वड्डे भाजी ओह भी उच्चे तौर ते तशरीफ फरमा। जदों वक्त माड़ा होवे ना फिर यार दोस्त तक ही, सज्जण मित्र तक ही, इत्थे तक कई बार सके भैण भाई भी साथ छड्ड जांदे। जे उस वेले कहिंदे उस मालक दा आसरा ना मिले फिर बंदा दुनिया छड्ड जांदा। सुन वाली गल्लां ने थोड़ी जिही तवज्जो दिओ सर जी। बई जदों वक्त बंदे ते पै जावे भाई भाइया तो पासे वट जांदे, ओ तो फड़दा नहीं कोई बां लोको, आ रिश्तेदार भी पिछा नू हट जांदे, माड़ी किस्मत किसे दी होवे ना, आ होवे ना बई होवे ना, प्यो दे मोढ़िया उपर लाश पुत्र दी होवे ना बई होवे। बहुत सारा प्यार बलविंदर बिट्टू भाजी यूएसए तो, बड़ा प्यार सत्कार भेजते उन्हों का, एक बार फिर दिल दियां गहराइयां दे नाल धन्नवाद। दिन चंगे सी दिन माड़े सी, कुदरत दे रंग न्यारे सी, ओ भाइया भाइया विच पै गए पाड़े सी, रुकी नब्ज दे वांग खलो गया। होई कृपा राजा साहेब दी, माड़े तो चंगे हो गया, होई कृपा राजा साहेब दी, दिन चंगे सी दिन माड़े सी, कुदरत दे रंग न्यारे सी, दिन चंगे सी दिन माड़े सी, कुदरत दे रंग न्यारे सी, ओ भाइया भाइया विच पै गए पाड़े सी, भाइया भाइया विच पै गए पाड़े, रुकी नब्ज दे वांग खलो गया। होई कृपा राजा साहेब दी, माड़े तो चंगे हो गया, होई कृपा राजा साहेब दी, माड़े तो चंगे हो गए। सुन वाली गल्लां ने सब भाई बड़ा ही चाहते सी, जद पैसे दे गफे आउंदे सी, ए बंदा सब तो चंगा है, सब रिश्तेदार बुलाउंदे सी, हुण बाते घाटे गिणदे नी, हुण बाते घाटे गिणदे नी, ओहदे नाम दे विच ही खो गया। होई कृपा राजा साहेब दी, माड़े तो चंगे हो गए, होई कृपा राजा साहेब दी, माड़े तो चंगे हो गए, ओ होई कृपा मेरे सतगुरु दी, माड़े तो चंगे हो गए। शुक्रिया।
ਕਹਿੰਦੇ ਜਦੋਂ ਵਕਤ ਮਾੜਾ ਆਉਂਦਾ ਫਿਰ ਉਸ ਵੇਲੇ ਦੀ ਗੱਲ ਹੈ। ਉਹ ਝੂਠੀਆਂ ਖਬਰਾਂ ਝੂਠੇ ਪਰਚੇ ਦਰਜ ਯਾਰਾਂ ਤੇ ਹੋ ਗਏ ਸੀ। ਨਾ ਕੋਈ ਸੱਜਣ ਨਾ ਕੋਈ ਮਿੱਤਰ ਸਭ ਪਾਸਾ ਬੱਟ ਖਲੋ ਗਏ ਸੀ। ਲੱਗ ਗਿਆ ਸੀ ਇਲਜ਼ਾਮ ਯਾਰਾਂ ਤੇ ਲੱਗ ਗਿਆ ਸੀ ਲੱਗ ਗਿਆ ਸੀ ਇਲਜ਼ਾਮ ਯਾਰਾਂ ਤੇ ਸਭ ਹੌਲੀ ਹੌਲੀ ਹੋ ਗਿਆ। ਹੋਈ ਕਿਰਪਾ ਰਾਜਾ ਸਾਹਿਬ ਦੀ ਮਾੜੇ ਤੋਂ ਚੰਗੇ ਹੋ ਗਏ। ਹੋਈ ਕਿਰਪਾ ਰਾਜਾ ਸਾਹਿਬ ਦੀ ਹੋ ਗਿਆ। ਬਹੁਤ ਸਾਰਾ ਪਿਆਰ ਦਿਲਬਾਗ ਯੂਐਸਏ ਵਾਲੇ, ਬਹੁਤ ਸਾਰਾ ਪਿਆਰ, ਬੜੀ ਮਿਹਰਬਾਨੀ। ਜਿਹੜੇ ਜਿਹੜੇ ਰਾਜਾ ਸਾਹਿਬ ਨੂੰ ਮੰਨਦੇ ਕਰੀ ਹੱਥ ਖੜੇ ਕਰਕੇ ਤਾੜੀਆਂ ਮਾਰ ਕੇ ਦੱਸੋ ਜਰਾ। ਇੰਨੀ ਅਪਾਰ ਕਿਰਪਾ ਮਹਾਰਾਜ ਦੀ ਹੈ। ਜਦੋਂ ਮੈਂ ਪਹਿਲੀ ਵਾਰ ਮਜਾਰੇ ਦੇ ਵਿੱਚ ਤਨਤਨ 108 ਨਾਭ ਕਮਲ ਰਾਜਾ ਸਾਹਿਬ ਜੀ ਦੇ ਪ੍ਰੋਗਰਾਮ ਲਈ ਉਹਨਾਂ ਨੇ ਮੈਨੂੰ ਕਿਹਾ ਕਿ ਗਾਉਣਾ ਤੁਸੀਂ ਹਾਜ਼ਰੀ ਲਵਾਉਣੀ ਹੈ, ਮੈਂ ਉਹਨਾਂ ਨੂੰ ਕਿਹਾ ਕਿ ਮੈਂ 35-40 ਮਿੰਟ ਗਾ ਸਕਦਾ ਕਿਉਂਕਿ ਗੁਰੂ ਮਹਾਰਾਜ ਦੀ ਹਜ਼ੂਰੀ 'ਚ ਗਾਉਣਾ ਬੜਾ ਔਖਾ ਹੁੰਦਾ। ਕਹਿੰਦੇ ਚਲੋ ਠੀਕ ਹੈ ਤੁਸੀਂ 35-40 ਮਿੰਟ ਗਾਇਓ। ਪਰ ਮੈਂ ਜਦੋਂ ਜਾ ਕੇ ਅੰਦਰ ਨਤਮਸਤਕ ਹੋਇਆ, ਮਹੰਤ ਪੂਰਨ ਦਾਸ ਜੀ ਦੇ ਵਾਲੇ ਪਾਸੇ ਨਤਮਸਤਕ ਹੋਇਆ, ਅੰਦਰ ਰਾਜਾ ਸਾਹਿਬ ਜੀ ਦੇ ਉਸ ਦਰਬਾਰ 'ਤੇ ਨਤਮਸਤਕ ਹੋਇਆ, ਐਡੀ ਅਪਾਰ ਕਿਰਪਾ ਹੋਈ। ਸਾਡਾ ਪਹਿਲਾ ਪ੍ਰੋਗਰਾਮ, ਅਸੀਂ ਪਹਿਲਾ ਪ੍ਰੋਗਰਾਮ ਪੂਰੇ 3 ਘੰਟੇ ਗਾ ਕੇ ਗਏ ਉੱਥੇ ਉਸ ਦਰਬਾਰ 'ਤੇ। ਐਡੀ ਅਪਾਰ ਕਿਰਪਾ ਜੇ ਸੱਚੇ ਮਨੋਂ ਜਾਂਦੇ ਹੋ। ਹੁਣ ਕਈ ਕਲਾਕਾਰ ਵੀ ਇਹੋ ਜਿਹੇ ਦਰਬਾਰਾਂ 'ਤੇ ਆ ਕੇ ਮੱਥਾ ਤੱਕ ਨਹੀਂ ਟੇਕਦੇ। ਜਿਸ ਖਸਮ ਦੇ ਆਏ ਹੋ, ਜੇ ਉਹਦੇ ਮੂਹਰੇ ਨਤਮਸਤਕ ਨਾ ਹੋਏ ਫਿਰ ਇੱਥੇ ਗਾਉਣਾ ਕਾਹਦਾ ਸਾਡਾ। ਉਹਦੀ ਮੌਜ ਹੈ ਤਾਂ ਇੱਥੇ ਮੇਲਾ ਲੱਗਾ, ਉਹਦੀ ਮੌਜ ਆ ਤੁਸੀਂ ਸਾਰੇ ਇਕੱਠੇ ਬੈਠੇ ਹੋ, ਉਹਦੀ ਮੌਜ ਆ ਇਹ ਟੈਂਟ ਲੱਗਾ, ਉਹਦੀ ਮੌਜ ਆ ਅਸੀਂ ਗਾ ਰਹੇ ਹਾਂ। ਜੇ ਉਹਦੀ ਮੌਜ ਹੀ ਨਹੀਂ ਫਿਰ ਤਾਂ ਗਾਉਣਾ ਦੂਰ ਦੀ ਗੱਲ ਹੈ, ਬੈਠਣਾ ਦੂਰ ਦੀ ਗੱਲ ਹੈ, ਉਹਦੇ ਤਾਂ ਦਰਬਾਰ ਦੇ ਲਾਗੇ ਦੀ ਨਹੀਂ ਕੋਈ ਲੰਘ ਸਕਦਾ। ਕਿਹੜਾ ਲੰਘ ਜੂਗਾ ਮਾਈ ਦਾ ਲਾਲ, ਕੋਈ ਨਹੀਂ ਲੰਘ ਸਕਦਾ ਜੇ ਉਹਦੀ ਮੌਜ ਹੀ ਨਹੀਂ। ਬਾਬਾ ਸਰਬਦਿਆਲ ਜੀ ਦੇ ਚਰਨਾਂ 'ਚ ਕਰੀ ਫਿਰ ਸਾਡਾ ਨਮਨ। ਮਾਲਕ ਤੁਹਾਨੂੰ ਸਾਰਿਆਂ ਨੂੰ ਤੰਦਰੁਸਤ ਰੱਖੇ, ਮੰਦਰੁਸਤ ਰੱਖੇ। ਜਿਹੜੇ ਰਾਹਾਂ ਤੇ ਛੱਡ ਗਏ ਸੀ ਸਾਥੀ ਉਹ ਸੱਜਣ ਮੌਲੇ ਦਾ, ਲੋਕਾਂ ਦੀਆਂ ਅਫਵਾਹਾਂ ਸੁਣ ਕੇ ਸੱਚ ਮੰਨ ਲਿਆ ਸੀ ਰੌਲੇ ਦਾ। ਆ ਜ਼ਖਮ ਤਾਂ ਹਾਲੇ ਵੇਖੇ ਨਹੀਂ, ਆ ਜ਼ਖਮ ਤਾਂ ਹਾਲੇ ਵੇਖੇ ਨਹੀਂ, ਜ਼ਖਮ ਤਾਂ ਹਾਲੇ ਵੇਖੇ ਨਹੀਂ ਜਿਹੜੇ ਬੁੱਕਲ ਵਿੱਚ ਲੁਕੋ ਗਏ।